ਖਬਰ ਹੈ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ ਜਿੱਥੇ ਕਿ ਨਿਰਮਲ ਸਿੰਘ ਨਾਮਕ ਵਿਅਕਤੀ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਦੇ ਜਰਮਨ ਨਾਮਕ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਦੀ ਪਤਨੀ ਲੰਬੇ ਸਮੇਂ ਤੋਂ ਘਰੋਂ ਫਰਾਰ ਹੈ ਤੇ ਉਸ ਦੇ ਬੱਚੇ ਨੂੰ ਵੀ ਨਾਲ ਲੈ ਗਈ ਹੈ ਨਿਰਮਲ ਸਿੰਘ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਸ ਦੀ ਪਤਨੀ ਅਤੇ ਬੱਚੇ ਨੂੰ ਘਰ ਲਿਆਂਦਾ ਜਾਵੇ ਤਰਨਤਾਰਨ ਤੋਂ ਦਲਜੀਤ ਸਿੰਘ ਦੀ ਰਿਪੋਰਟ ਪੰਜਾਬ ਅਪਟੂ ਕੀ ਨਾਮ ਵੀਰ ਮੇਰਾ ਨਾਮ ਸਰ ਨਿਰਮਰ ਸਿੰਘ ਹੈ ਤੇ ਪਿੰਡ ਕਿਹੜਾ ਪਿੰਡ ਮੇਰਾ ਕੱਕਾ ਕੰਡੇ ਵਾਲਾ ਜੀ ਤੇ ਕੀ ਗੱਲ ਬਾਤ ਹੋਈ ਆ ਤੇਰੇ ਘਰ ਦੇ ਵਿੱਚ ਤੇਰੇ ਜਿਹੜੀ ਪਤਨੀ ਆ ਉਹਨੇ ਤੇਰੇ ਨਾਲ ਕੀ ਕੀਤਾ ਆ ਸਰ ਮੈਂ ਤਾਂ ਅਜ 2 ਸਾਲ ਪਹਿਲਾਂ ਜਰਮਨ ਦੇ ਨਾਲ ਉਹਨੇ ਮੰਗਲ ਸੂਤਰ ਪਾਏ ਸੀ ਉਸ ਤੋਂ ਬਾਅਦ ਮੈਂ ਲੜਕੋਲ ਕੇ ਲਿਆ ਆ ਆਪਣੇ ਘਰ ਉਸ ਤੋਂ ਬਾਅਦ ਮੇਰਾ ਸਾਲਾ ਵੱਡਾ ਆਂਦਾ ਰਿਹਾ ਕਦੀ ਕਹਿੰਦਾ ਮੇਰੀ ਮੰਮੀ ਨਹੀਂ ਠੀਕ ਕਦੀ ਕੋ ਕਹਿ ਕੋ ਕੇ ਲੈ ਜਾਂਦਾ ਰਿਹਾ ਕਰਦੇ ਕਤਰਦੇ ਆ ਮੇਰੇ 2 ਸਾਲ ਲੰਘ ਗਏ ਆ 2 ਸਾਲਾਂ ਤੋਂ ਬਾਅਦ ਫੇਰ ਹੁਣ ਰੌਲਾ ਜਦੋਂ ਪਿਆ ਮੈਂ ਇਹਦੇ ਮੇਰੇ ਸਾਲੇ ਵੱਡੇ ਨੇ ਦੋ ਫੋਨ ਫੜ ਕੇ ਹੀਰੇ ਨੇ ਮੈਨੂੰ ਦਿੱਤੇ ਆ ਇੱਕ ਫੜਿਆ ਨੇ ਪਹਿਲੋਂ ਦੇ ਇੱਕ ਪੰਜ ਤਰੀਕ ਦੀਆਂ ਕਾਲਾਂ 7 ਤਰੀਕ ਦੀਆਂ ਕਾਲਾਂ ਮਗਰ ਜਿੰਨੇ ਵੀ ਆ ਦੋ ਫੋਨ ਆ ਮੇਰੇ ਤੋਂ ਕਾਲਾ ਕੂਲਾ ਸਾਰੀਆਂ ਵੇਚਿਆ ਤੇ ਮੁੜ ਕੇ ਮੇਰੇ ਵੱਡੇ ਸਾਲੇ ਨੇ ਮੈਨੂੰ ਤੜਕੇ 6 ਵਜੇ ਸੁਨਾਹ ਦਿੱਤਾ ਆ ਤੇ ਆਣ ਕੇ ਪ੍ਰਭ ਨੂੰ ਜਾਂ ਲੈ ਜਾ ਜਾਂ ਮੈਂ ਹੋਰ ਕੇ ਦੇਖ ਜਦਾਂ ਵੀ ਆ ਮੈਂ ਘਰੇ ਰੱਖਣਾ ਇਹਨੂੰ ਲੈ ਜਾ ਮੈਂ ਆਇਆ ਲੈਣ ਤੇ ਉਹਨਾਂ ਚਿਰ ਨੂੰ ਘਰੋਂ ਗੈਪ ਹੋ ਗਈ ਆ ਤੇ ਉਹਦੇ ਜਰਮਨ ਦੇ ਫੋਨ ਹੀ ਸੀ ਤੇ ਜਰਮਨ ਨੇ ਗਾਇਬ ਹੋਈ ਆ ਜਿੱਥੇ ਵੀ ਹੋਈ ਆ ਤੇ ਉਸ ਤੋਂ ਬਾਅਦ ਆ ਮੈਂ ਜਦੋਂ ਥਾਣੇ ਵੀ ਗਿਆ ਥਾਣੇ ਵੀ ਮੇਰੀ ਕੋਈ ਸੁਣਾਈ ਨਹੀਂ ਹੋਈ ਮੇਰੀ ਸੱਸ ਵੀ ਗਈ ਮੈਂ ਵੀ ਗਿਆ ਤੇ ਸੱਸ ਮੇਰੀ ਦੇ ਚਲੋ ਵਿੱਚ ਇਹਨਾਂ ਦੀ ਵੀ رائے ਹੋਊਗੀ ਸਾਰਿਆਂ ਦੀ ਇਹਨਾਂ ਦੀ ਇਹਨਾਂ ਦੇ ਘਰ ਆਣ ਕੇ ਮੁੰਡੇ ਨੇ ਆਖਿਆ ਮੈਂ ਰੱਖੂੰਗਾ ਇਹਨੂੰ ਪਰ ਅੱਬ ਨੂੰ ਮੇਰੇ ਘਰ ਦੀ ਨੂੰ ਕਹਿੰਦਾ ਹੈ ਮੈਂ ਰੱਖੂੰਗਾ ਪਰ ਉਹ ਤੋਂ ਬਾਅਦ ਆ ਜਦੋਂ ਲੱਭੀ ਨਹੀਂ ਮੈਂ ਬਹੁਤ ਲੱਭ ਲੂਭ ਕੀਤੀ ਆ ਕੁਦੇ ਨਹੀਂ ਮੈਨੂੰ ਲੱਭੀ ਤੇ ਫਿਰ ਮੈਂ ਇੱਕ ਦਿਨ ਮੈਂ ਠਾਣੇ ਗਿਆ ਤੇ ਉਸ ਤੋਂ ਬਾਅਦ ਤੜਕੇ ਠਾਣੇ ਆ ਗਈ ਪ੍ਰਭਜੀਤ ਠਾਣੇ ਆਈ ਤੇ ਠਾਣੇ ਤੋਂ ਬਾਅਦ ਉਹਨਾਂ ਕਹਿੰਦੀ ਮੈਂ ਨਾ ਪ੍ਰਭ ਨਿਰਮਲ ਸਿੰਘ ਦੇ ਘਰ ਨਹੀਂ ਰਹਿਣਾ ਜੀ ਦੇ ਦੇ ਮੇਰੇ ਤੇ ਬਾਅਦ ਚ ਆਪਣੇ ਭਰਾ ਨਾਲ ਮੈਂ ਲੜੀ ਉੱਧਰ ਰਹਿ ਨਹੀਂ ਸਕਦੀ ਉਹ ਜਨਾਨੀ ਆ ਉਥੋਂ ਦੀ ਆਪਣੇ ਜੰਡੇਆਲੇ ਦੀ ਉਹਦੇ ਘਰ ਰਹਿਣ ਦੀ ਆ ਤੇ ਮੈਂ ਇਹਨੂੰ ਆਖਿਆ ਚਲਿਏ ਘਰ ਨੂੰ ਸਾਡੀ ਪਰੇ ਨਹੀਂ ਪਿੰਦਿਆਂ ਨੇ ਆਖਿਆ ਘਰ ਨੂੰ ਚਲਿਏ ਉਹ ਕਿਸੇ ਗੱਲ ਤੇ ਨਹੀਂ ਆਈ ਕਹਿੰਦੀ ਮੈਂ ਤਾਂ ਰਹਿ ਨਹੀਂ ਸਕਦੀ ਤੇ ਰਹਿ ਨਹੀਂ ਸਕਦੀ ਤੇ ਚਲੋ ਜਿੱਦਾਂ ਵੀ ਆ ਮੈਰਾ ਮੈਂ ਅੰਦਰ ਸੈਨ ਕਰਨ ਗਿਆ ਤੇ ਮੇਰਾ ਮੁੰਡਾ ਗੱਡੀ ਚ ਭਾ ਕੇ ਲੈ ਗਿਆ ਤੇ ਮੇਰਾ ਨੰਬਰ ਵੀ ਲੈ ਗਿਆ ਮੈਨੂੰ ਬਾਅਦ ਜਨਾ ਕਾਲ ਕੀਤੀ ਨਾ ਲੈਣਾ ਦਿੰਦਾ ਤੇ ਗੱਡੀ ਤੁਹਾਡੇ ਪਤਨੀ ਨੇ ਥਾਣੇ ਵਿੱਚ ਕੀ ਬਿਆਨ ਤੁਹਾਡੇ ਖਿਲਾਫ ਦਿੱਤੇ ਥਾਣੇ ਦੇ ਵਿੱਚ ਉਹਨੇ ਬਿਆਨ ਦਿੱਤੇ ਮੈਂ ਇਹਨਾਂ ਨਹੀਂ ਨੇੜਾ ਹਾਂ ਹਾਂਜੀ ਤੇ ਉਹਨੇ ਕਿਹਾ ਕਿ ਮੈਂ ਇਹਦੇ ਨਾਲ ਮਿਲ ਕੇ ਨਹੀਂ ਰਹਿਣਾ ਮੈਨੂੰ ਕੁੱਟਦਾ ਮਾਰਦਾ ਕਿ ਕੋਈ ਹੋਰ ਗੱਲ ਨਹੀਂ ਨਹੀਂ ਕੁੱਟਦਾ ਮਾਰਦਾ ਨਹੀਂ ਉਹ ਕਹਿੰਦੀ ਇਹ ਨਸ਼ਾ ਕਰਦਾ ਨਸ਼ਾ ਦੇ ਚਲੋ ਮੈਂ ਗੋਲੀ ਗੋਲੀ ਪਹਿਲਾਂ ਵੀ ਖਾਨਾ ਹੈ ਮਾੜੀ ਮੋਟਾ ਜਿਆਦਾ ਨਹੀਂ ਜੇ ਕੋਈ ਵੀ ਆ ਗਈ ਮੇਰੀ ਗੱਲ ਕਾਨੂੰਨ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਕੀ ਕਾਰਵਾਈ ਹੋਣੀ ਚਾਹੀਦੀ ਤੇਰਾ ਬੱਚਾ ਤੈਨੂੰ ਮਿਲਣਾ ਚਾਹੀਦਾ ਜਾਂ ਉਹ ਵੀ ਘਰ ਆਉਣੀ ਚਾਹੀਦੀ ਜਾਂ ਕੀ ਫੈਸਲਾ ਹੋਣਾ ਚਾਹੀਦਾ ਵਾ ਕਿਹੜਾ ਫੈਸਲਾ ਤੇਰੇ ਹੱਕ ਦਾ ਹੋਣਾ ਚਾਹੀਦਾ ਮੈਂ ਤੇ ਸਰ ਕਿੰਨਾ ਚਲੋ ਮੇਰੀ ਘਰ ਦੀ ਆ ਮੇਰੇ ਘਰ ਹੀ ਆਵੇ ਆਪਣੇ ਬੱਚੇ ਪਾਲੇ ਮੇਰੇ ਬੱਚੇ ਨਾਲ ਰੁੱਲ ਜਣਾ ਤੇ ਬਾਕੀ ਮੈਂ ਤੇ ਇਹੋ ਹੀ ਚੰਦਾ ਵੱਡੀ ਗੱਲ ਹੈ ਤੇ ਬੱਚਾ ਬੱਚਿਆਂ ਦਾ ਕਰਕੇ ਮੈਂ ਨਾ ਮੇਰੇ ਘਰ ਹੀ ਆ ਜੀ ਮਾਤਾ ਜੀ ਤੁਹਾਡਾ ਮੇਰੇ ਨਾਮ ਵੀਰੋ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਅਸੀਂ ਇਹੋ ਹੀ ਮੰਗ ਕਰਦੇ ਆਂ ਵੀ ਸਾਡੇ ਬੱਚੇ ਵੀ ਰੋਲ ਚਾਣੇ ਆ ਤੇ ਸਾਡੀ ਨੌਤੀ ਜਿਹੜੀ ਆ ਸਾਡੇ ਘਰ ਆ ਜਾਵੇ ਤੇ ਸਾਡੇ ਆਪਣੇ ਬੱਚੇ ਸਾਹਮਣੇ ਕਿਸੇ ਗੱਲ ਦੀ ਉਹਨੂੰ ਕੋਈ ਇਸ ਘਰ ਦੇ ਵਿੱਚ ਕਮੀ ਨਹੀਂ ਸੀ ਤੇ ਕਿਸੇ ਗੱਲ ਦੀ ਪਰਵਾਹ ਨਹੀਂ ਸੀ ਬਹਾਨਾ ਮਾਰ ਕੇ ਰਹੀ ਜਾਂਦੀ ਰਹੀ ਆ ਪੇਕੇਆਂ ਦੇ ਘਰ ਉੱਥੇ ਰਹਿ ਗਈ ਆ ਅੰਦੀ ਮੈਂ ਤੁਹਾਡੇ ਨਾਲ ਅੱਜ ਜਾਊਂਗੀ ਜਾਂ ਸਵੇਰੇ ਜਾਊਂਗੀ ਤੇ ਸਾਨੂੰ ਸਾਥ ਨਹੀਂ ਉਹਨੇ ਦਿੱਤਾ ਉਹ ਇਹੋ ਗੱਲ ਕਹੀ ਜਾਂਦੀ ਆ ਤੁਹਾਡੇ ਨਾਲ ਮੈਂ ਜਾਂ ਅੱਜ ਜਾਊਂਗੀ ਜਾਂ ਸਵੇਰੇ ਜਾਊਂਗੀ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹਨੂੰ ਤਰਲੇ ਲੈਂਦੇ ਰਹੇ ਆ ਉਹ ਕਹਿੰਦੀ ਪਿੰਡ ਦੀ ਪੰਚਾਇਤ ਲਿਆਓ ਪਿੰਡ ਦੀ ਪੰਚਾਇਤ ਲੈ ਕੇ ਗਏ ਜਦੋਂ ਉਦੋਂ ਉਹਨੇ ਸਾਨੂੰ ਕਹਿ ਦਿੱਤਾ ਪਿੰਡ ਦੀ ਪੰਚਾਇਤ ਨੂੰ ਉਹਨੇ ਨਹੀਂ ਮੰਨਿਆ ਜਾ ਕੇ ਉਹਨੇ ਦਰਖਾਸਤ ਦੇ ਦਿੱਤੀ ਹੈ ਮੈਡਮ ਦੇ ਕੋਲ ਮੈਡਮ ਦੇ ਕੋਲ ਪੰਚਾਇਤ ਬਹਿ ਰਹੀ ਹੈ 2 2.5 ਘੰਟੇ ਉੱਥੇ ਫੈਸਲਾ ਹੁੰਦਾਰਿਆ ਉੱਥੇ ਉਹਨੇ ਫੈਸਲਾ ਨਹੀਂ ਕੀਤਾ ਜਦੋਂ ਉਹਨੇ ਨਹੀਂ ਫੈਸਲਾ ਕੀਤਾ ਤੇ ਪੰਚਾਇਤ ਨੇ ਟਾਈਮ ਲੈ ਦਿੱਤਾ ਤੇ ਜਦੋਂ ਟਾਈਮ ਲੈ ਦਿੱਤਾ ਉਦੋਂ ਉਹਨੇ ਕਹਿ ਦਿੱਤਾ ਮੈਂ ਬਾਅਦ ਚ ਸੋਚ ਕੇ ਤੁਹਾਨੂੰ ਦੱਸੂਗੀ ਸੋਚ ਕੇ ਵੀ ਸਾਨੂੰ ਨਹੀਂ ਦੱਸਿਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਆਂਦੇ ਰਹੇ ਆ ਸਾਡੇ ਨਾਲ ਚੱਲ ਤੇ ਆਂਦੀ ਰਹੀ ਆ ਅੱਜ ਜਾਨੀ ਸਵੇਰੇ ਜਾਨੀ ਆ ਸਾਥ ਦੇ ਕੇ ਸਾਨੂੰ ਕਹਿ ਕੇ ਵੀ ਆਪੀ ਮੈਂ ਤੁਹਾਡੇ ਨਾਲ ਜਾਨੀ ਆ ਤੇ ਅਸੀਂ ਲੈਣ ਗਏ ਆ ਮਾਂ ਪੁੱਤ ਤੇ ਸਾਡੇ ਜਾਂਦਿਆਂ ਨੂੰ 9 ਵਜੇ ਚ ਲੱਗੀ ਆ ਭਰਾ ਨੇ ਆਖਿਆ ਵੱਡੇ ਭਰਾ ਨੇ ਆਖਿਆ ਵੀ ਤੁਸੀਂ ਇਹਨੂੰ ਆਣ ਕੇ ਲੈ ਜਾਓ ਤੇ ਸਾਡੇ ਜਾਣ ਤੋਂ ਪਹਿਲਾਂ ਚਲ ਗਈ ਆ ਤੇ ਦੁੱਜਿਆਂ ਦੀ ਉਹਨਾਂ ਦੇ ਘਰਦਿਆਂ ਦੀ ਸਾਰੀ ਰਾਤ ਗੱਲਬਾਤ ਹੋਈ ਆ ਤੇ ਜਰਮਨ ਨੇ ਕਿਹਾ ਵਾ ਇਹਨੂੰ ਮੈਂ ਘਰਦੀ ਨੂੰ ਆਪਣੀ ਨੂੰ ਘਰ ਰੱਖੂੰਗਾ ਤੇ ਤੁਹਾਡੀ ਕੁੜੀ ਨੂੰ ਮੈਂ ਬਾਹਰ ਰੱਖੂੰਗਾ ਜਿਹੜੀ ਗੱਲ ਹੋਈ ਉਹ ਕਹਿਣੀ ਆਪਾਂ ਆਪਾਂ ਤਾਂ ਕਿਸ਼ਾਈ ਨਹੀਂ ਥੋੜੇ ਕਰਨੀ ਕਿਸਨਾ ਇਹ ਜਦੋਂ ਗੱਲਾਂ ਹੋਈਆਂ ਸਾਨੂੰ ਦਿਨੇ ਉਹ ਲੱਭੀ ਨਹੀਂ ਸਾਡੇ ਘਰ ਮਰਗ ਹੋਈ ਸੀ ਤੇ ਅਸੀਂ ਇਧਰ ਦੀ ਵੀ ਸਾਨੂੰ ਪਰੇਸ਼ਾਨੀ ਸੀ ਤੇ ਉਧਰ ਦੀ ਵੀ ਸਾਨੂੰ ਪਰੇਸ਼ਾਨੀ ਸੀ ਤੇ ਉਹ ਜਦੋਂ ਸਾਨੂੰ ਅਸੀਂ ਸਸਕਾਰ ਕਰਕੇ ਆ ਗਏ ਆ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਅਸੀਂ ਗਏ ਆ ਤੇ ਸਾਨੂੰ ਪਤਾ ਲੱਗਾ ਵੀ ਫਲਾਣੇ ਜਗ੍ਹਾ ਤੇ ਉੱਥੇ ਵੀ ਅਸੀਂ ਲੱਭਦੇ ਰਹੇ ਆ ਸਾਨੂੰ ਨਹੀਂ ਲੱਭੀ ਜਦੋਂ ਅਸੀਂ ਥਾਣੇ ਹਾਰ ਹੰਬ ਕੇ ਤੇ ਤਲਾਹ ਦੇਣ ਗਏ ਆ ਤੇ ਉੱਥੇ ਸਾਨੂੰ ਜਦੋਂ ਤਲਾਹ ਦੇ ਕੇ ਆ ਗਏ ਮੁਲਾਜ਼ਮਾਂ ਨੇ ਕਿਹਾ ਵਾ ਵੀ ਤੁਹਾਡੀ ਜਿਹੜੀ ਨੋਆ ਉਹਦੇ ਆਣ ਕੇ ਇੱਥੇ ਦਰਖਾਸਤ ਸਵੇਰੇ ਤਿੰਨ ਜਨਾਨੀਆਂ ਦੇ ਦੀਆਂ ਤੇ ਉਸ ਤੋਂ ਬਾਅਦ ਅਹੀਂ ਰੋਂਦੇ ਧੋਂਦੇ ਘਰ ਨੂੰ ਆ ਗਏ ਆ ਤੇ ਸਾਡੇ ਨਾਲ ਵੀ ਜਾਇਜ਼ ਹੋਣੀ ਚਾਹੀਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਹਿੰਦੇ ਮੁੰਡਾ ਮੇਰਾ ਪਤਾ ਨਹੀਂ ਇਹਨਾਂ ਮਾਰ ਦੇਣਾ ਲੈ ਇਹਨਾਂ ਮੈਨੂੰ ਪਤਾ ਨਹੀਂ ਮੇਰੇ ਪੁੱਛਣ ਤੋਂ ਬਿਨਾ ਲੈ ਗਏ ਆ ਦੇ ਸਾਨੂੰ ਹੁਣ ਹਾਂਜੀ ਮੁੰਡਾ ਮੇਰਾ ਬੱਚਾ ਮੇਰੇ ਘਰ ਆਉਣਾ ਚਾਹੀਦਾ ਭਵਨदाई ਬਹੁਤ ਚੋਰਾ ਵਾ ਸਾਨੂੰ ਸਾਡੇ ਨਾਲ ਇਨਸਾਫ਼ ਹੋਣੀ ਚਾਹੀਦੀ ਸਾਡੇ ਨਾਲ ਤਕਾਹ ਹੋ ਰਿਹਾ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਕਰਨਲ ਨਿਰਮਲ ਸਿੰਘ ਪੁੱਤਰ ਕਰਨਲ ਸਿੰਘ ਵਾਸੀ ਪਿੰਡ ਕッカ ਕੰਡਿਆਲਾ ਕੀ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਵੱਲੋਂ ਤੇ ਪੰਚਾਇਤ ਵੱਲੋਂ ਕੀ ਮੰਗ ਕਰਦੇ ਆ ਅਸੀਂ ਜੀ ਪੰਚਾਇਤ ਨੂੰ ਇਹੋ ਮੰਗ ਕਰਦੇ ਆ ਕਿ ਇਹਨਾਂ ਦਾ ਜਿਹੜਾ ਇਹਦੀ ਘਰ ਦੀ ਜਿਹੜੀ ਗਈ ਆ ਉਹ ਇਹਦੇ ਘਰ ਆ ਕੇ ਵਸੇ ਇਹਦੇ ਬੱਚੇ ਆ ਛੋਟੇ ਛੋਟੇ ਇਹਦੇ ਬੱਚੇ ਆ ਆ ਵੇਖੋ ਜੀ ਆ ਛੋਟੇ ਛੋਟੇ ਬੱਚੇ ਇਹਨਾਂ ਦੀ ਜ਼ਿੰਦਗੀ ਖਰਾਬ ਹੋਣ ਢਈ ਆ ਇਹਨਾਂ ਦੀ ਪੜ੍ਹਾਈ ਖਰਾਬ ਹੋਣ ਢਈ ਆ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਮੇਰੇ ਬੱਚਿਆਂ ਨੂੰ ਮਤਲਬ ਜਿਹੜਾ ਮੇਰਾ ਭੂਤ ਜਿਹੜਾ ਉਹ ਬੱਚਿਆਂ ਦਾ ਸਾਰਾ ਖਰਾਬ ਹੋਣ ਢਿਆ ਵਾ ਤੇ ਮੇਰੀ ਪ੍ਰਸ਼ਾਸਨ ਨੂੰ ਵੀ ਹੱਥ ਬਨ ਕੇ ਬੇਨਤੀ ਆ ਵੀ ਇਹ ਗਰੀਬ ਬੰਦਾ ਵਾ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੇ ਕੋਈ ਕਮੀ ਪੇਸ਼ੀ ਹੈ ਤਾਂ ਉਹ ਅਸੀਂ ਪੰਚਾਇਤ ਵੱਲੋਂ ਆਪਣੇ ਤੌਰ ਤੇ ਇਹਦੀ ਕੱਢ ਦਿੱਤੀ ਜਾਊਗੀ ਇਹ ਚ ਕੋਈ ਮਤਲਬ ਪਾਰਟੀਬਾਜੀ ਆ ਜਾਂ ਰੰਜਿਸ਼ ਆਲਾ ਕੋਈ ਕੰਮ ਨਹੀਂ ਆ ਅਸੀਂ ਇਹੋ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਹਰ ਇੱਕ ਵਾਸਤੇ ਕਾਨੂੰਨ ਜਿਹੜਾ ਵਾ ਉਹ ਬਰਾਬਰ ਆ ਇਹ ਭਾਵੇਂ ਅਮੀਰ ਆ ਉਹ ਭਾਵੇਂ ਗਰੀਬ ਆ ਭਾਵੇਂ ਜਿਸ ਤਰ੍ਹਾਂ ਦਾ ਬੰਦਾ ਮਰਜੀ ਆ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਬੱਚਿਆਂ ਦਾ ਧਿਆਨ ਰੱਖਦੇ ਹੋਏ ਇਹਨਾਂ ਛੋਟੇ-ਛੋਟੇ ਬੱਚਿਆਂ ਦਾ ਧਿਆਨ ਰੱਖਦੇ ਕਿਉਂਕਿ ਇਹਨਾਂ ਦਾ ਆਉਣ ਵਾਲਾ ਭਵਿੱਖ ਜਿਹੜਾ ਵਾ ਬਿਲਕੁਲ ਜਿਹੜਾ ਮੁੜ ਕੇ ਖਰਾਬ ਹੋ ਜਾਊਗਾ ਕਿਉਂਕਿ ਜਦੋਂ ਮਾਂ ਛੱਡ ਜਾਂਦੀ ਆ ਤੇ ਤਾਂ ਵੀ ਹੋ ਜਾਂਦਾ ਵਾ ਤੇ ਜੇ ਪਿਓ ਛੱਡ ਜਾਂਦਾ ਤਾਂ ਤਾਂ ਵੀ ਹੋ ਜਾਂਦਾ ਅਸੀਂ ਤਾਂ ਉਸ ਬੀਬੀ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਆਪਣੇ ਪਰਿਵਾਰ ਚ ਆ ਕੇ ਤੇ ਆਪਣਾ ਰਾਜੀ ਖੁਸ਼ੀ ਰਵੇ ਤੇ ਆਪਣਾ ਪਰਸ਼ਾਦਾ ਪਾਣੀ ਛਕੇ ਬਹੁਤ ਬਹੁਤ ਧੰਨਵਾਦ ਸਰਪੰਚ ਜੀ ਠੀਕ ਹੈ ਸਰ ਨਿਰਮਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੱਕਾ ਕੰਡੇਲਾ ਜੋ ਕਿ ਆਪਣੀ ਪਤਨੀ ਨੂੰ ਘਰ ਆਉਣ ਵਾਸਤੇ ਜਿਹੜਾ ਮਤਲਬ ਕਿ ਥਾਣੇ ਦੇ ਵਿੱਚ ਰਿਕਵੈਸਟ ਕਰ ਰਿਹਾ ਉਹਦੀ ਵੀ ਰਿਕਵੈਸਟ ਕਰ ਰਿਹਾ ਮਾਮਲਾ ਕੀ ਹੈ ਸਾਰਾ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਮਾਮਲਾ ਇਸ ਤਰ੍ਹਾਂ ਵੀ ਇਸ ਦੀ ਘਟਦੀ ਪਰਬਜੀਤ ਕਰੋ ਦਰਖਾਸਤ ਹੈ ਆਪਣੇ ਪਤੀ ਖਾਪੀ ਹਾਂਜੀ ਪਤੀ ਨਰਮਲ ਸਿੰਘ ਜੀਤਾ ਸਨ ਕਰਨਾਲ ਸਿੰਘ ਆਪਣਾ ਪਤਾ ਵਗੈਰਾ ਹਾਂਜੀ ਇਹ ਮੇਰਾ ਜਿਹੜਾ ਪਤੀ ਹੈ ਨਸ਼ੇ ਦਾ ਹੰਡਾਦੀ ਹੈ ਹਾਂਜੀ ਫਿਰ ਵੀ ਇਹਨਾਂ ਦੋਹਾਂ ਤਰ੍ਹਾਂ ਨੂੰ ਹਾਂਜੀ ਬੁਲਾ ਕੇ ਹਾਂਜੀ ਤੇ ਕੋਸ਼ਿਸ਼ ਕੀਤੀ ਗਈ ਹੈ ਪਰ ਜਿਹੜੀ ਇਹਦੀ ਮੈਸੇਜ ਆ ਉਹ ਬੱਚਿਆਂ ਦੀ ਮੇਰੇ ਕੋ ਰਹਿਣ ਇਹਾਂ ਦਾ ਬੱਚੇ ਮੈਨੂੰ ਚਾਹੀਦੇ ਕਿਉਂਕਿ ਬੱਚੇ ਛੋਟੀ ਉਮਰ ਦੇ ਹੋਣ ਕਾਰਨ ਜਿਹੜੀ ਇਹਨਾਂ ਨੂੰ ਇਹਨਾਂ ਹਾਸਿਲ ਬਣਨਾ ਕਿਸ ਤਰ੍ਹਾਂ ਜਿਹੜੀ ਹੈ ਅਦਾਲਤ ਚ ਜਾਣਾ ਪੈਂਦਾ ਹੈ ਠੀਕ ਹੈ ਜੀ ਤੇ ਪੁਲਿਸ ਵੱਲੋਂ ਅਗਲੀ ਕਾਲ ਵਾਈ ਸਰ ਕਿਸ ਤਰ੍ਹਾਂ ਹਾਂ ਪੁਲਿਸ ਵੱਲੋਂ ਅਲੀ ਕਾਰਵਾਈਆਂ ਜੋ ਅਦਾਲਤ ਇਹਨਾਂ ਫੈਲਾਇਆ ਕੀਤਾ ਜੋ ਇਹ ਹੀ ਲਿਖਤੀ ਦਿੱਤਾ ਵੀ ਤੁਸੀਂ ਜਿਹੜੇ ਬੱਚੇ ਆ ਛੋਟੇ ਆ ਹਾਂ ਜੀ ਤੇ ਜਿਹੜੇ ਅਦਾਲਤ ਜੇ ਆਪਣੀ ਚਰਾਈ ਜੋ ਕਰਾਂਗੇ ਆਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ